ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ, ਆਉਣ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ ਅੱਜ 23 ਜੂਨ 2014 ਨੋ ਹਾਰਡ ਨਾਨਕ ਸ਼ਾਹੀ ਸੰਮਤ 546 ਦਾ ਦਿਨ ਹੈ। ਡਾਕਟਰ ਸਾਹਿਬ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਰਿਹਾ ਅਤੇ ਅੱਜ ਦਾ ਕੋਈ ਅਹਿਮ ਮੁੱਦਾ? ਇਹ ਵੀਕਐਂਡ ਅਸੀਂ ਨਿਊਯਾਰਕ ਸੀ। ਨਿਊਯਾਰਕ ਦੀ ਇੱਕ ਪ੍ਰੋਮੀਨੈਂਟ ਸਿੱਖ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨੇ ਬਾਬਾ ਬੰਦਾ ਸਿੰਘ ਬਹਾਦਰ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ 3 ਰੋਜ਼ਾ ਪ੍ਰੋਗਰਾਮ ਉਲੀਕੇ ਹੋਏ ਸਨ। ਉਹਨਾਂ 'ਚ ਫਰਾਈਡੇ, ਸੈਚਰਡੇ, ਸੰਡੇ 3 ਦਿਨ ਜਿਹੜਾ ਉਹ ਸੈਮੀਨਾਰ ਫੋਰਮੈਟ ਔਰ ਦੀਵਾਨ ਦੇ ਵਿੱਚ ਜਿਹੜਾ ਐਡਰੈਸ ਕਰਨ ਦਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ। ਸੋ ਅਸੀਂ ਸੈਚਰਡੇ ਸਨਿਚਰਵਾਰ ਵੀ ਰਿਚਮੰਡ ਹਿੱਲ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ 'ਚ ਲਗਭਗ 1 ਘੰਟਾ ਸੰਗਤਾਂ ਨੂੰ ਸੰਬੋਧਨ ਕੀਤਾ ਜੀ। ਜਿਹੜੀ ਸਪੀਚ ਹੈ ਉਹ ਆਉਂਦੇ ਫਰਾਈਡੇ ਮੋਸਟ ਲਾਈਕਲੀ ਇਸੇ ਪ੍ਰੋਗਰਾਮ 'ਚ ਸੱਚੋ ਸੱਚ ਦੇ ਵਿੱਚ ਉਹ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ ਜੀ। ਔਰ ਇਸੇ ਤਰ੍ਹਾਂ ਸੰਡੇ ਜਿਹੜਾ ਕਿ ਭਾਰੀ ਦੀਵਾਨ ਸੱਜਿਆ ਜਿਹਦੇ 'ਚ ਸਾਰੇ ਈਸਟ ਕੋਸਟ ਦੀਆਂ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਔਰ ਸਿੱਖ ਸੰਗਤਾਂ ਬੜੀ ਵੱਡੀ ਗਿਣਤੀ 'ਚ ਪਹੁੰਚੀਆਂ, ਉਸ ਦੀਵਾਨ ਨੂੰ ਵੀ ਐਡਰੈਸ ਕਰਨ ਦਾ ਮੈਨੂੰ ਸੁਭਾਗ ਮਿਲਿਆ। ਸੋ ਉਹ ਵੀ ਜਿਹੜੀ ਸਪੀਚ ਹੈ ਆਉਂਦੇ ਹਫ਼ਤਿਆਂ ਦੇ ਵਿੱਚ ਅਸੀਂ ਸ਼ੇਅਰ ਕਰਾਂਗੇ ਦਰਸ਼ਕਾਂ ਦੇ ਨਾਲ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਾਡੇ ਇਤਿਹਾਸ ਦੇ ਬਹੁਤ ਵੱਡੇ ਨਾਇਕ ਨੇ, ਜਿਨ੍ਹਾਂ ਨੂੰ ਪੰਥ ਨੇ 20ਵੀਂ ਸਦੀ ਦੀ ਬਿਗਨਿੰਗ ਤੱਕ ਇਗਨੋਰ ਕੀਤਾ ਹੋਇਆ ਸੀ, ਉਹ ਕਾਰਨ ਅਸੀਂ ਡਿਸਕਸ ਕਰਾਂਗੇ ਕੱਲ੍ਹ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੈ 25 ਜੂਨ ਨੂੰ। ਪਰ ਇਸ ਪਾਸੇ ਵੱਲ ਧਿਆਨ ਜਾਣਾ ਸ਼ੁਰੂ ਹੋਇਆ ਔਰ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਬਹੁਤ ਯੂਨੀਕ ਪੱਖ ਹੈ ਕਿ ਕਿਵੇਂ ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਰਾਜਭਾਗ ਵੀ ਸਥਾਪਿਤ ਕੀਤਾ ਔਰ ਸ਼ਹੀਦੀ ਵੀ ਉਹਨਾਂ ਨੇ ਗੁਰੂ ਨੂੰ ਅੰਗ ਸੰਗ ਜਾਣਦਿਆਂ ਪੂਰੇ ਸਾਬਤ ਕਦਮਾਂ ਦੇ ਨਾਲ ਸ਼ਹਾਦਤ ਦਾ ਉਹਨਾਂ ਨੇ ਜਾਮ ਪੀਤਾ। ਇਸੇ ਤਰ੍ਹਾਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਪ੍ਰਤੀ ਬਹੁਤ ਪ੍ਰਚਾਰ, ਕੋਈ ਕਾਂਗਰਸ ਦੇ ਏਜੰਟ, ਕੋਈ ਸੰਜੇ ਗਾਂਧੀ, ਕੋਈ ਜੈਲ ਸਿੰਘ ਕਿਸੇ ਨਾਲ ਜੋੜ ਕੇ ਔਰ ਹਕੂਮਤ ਦਾ ਜ਼ੋਰ ਸੀ ਉਹਨਾਂ ਨੂੰ ਇੱਕ ਬੜਾ ਖੂੰਖਾਰ, ਖਲਨਾਇਕ, ਦਹਿਸ਼ਤਗਰਦ ਸਾਬਤ ਕਰਨ ਦੇ ਜੀ। ਪਰ ਉਹਨਾਂ ਦੀ ਸ਼ਖਸੀਅਤ ਵੀ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ ਔਰ ਖਾਸ ਤੌਰ 'ਤੇ ਅਗਲੀ ਜਨਰੇਸ਼ਨ ਉਹਨਾਂ ਨੂੰ ਇੱਕ ਮਹਾਨ ਨਾਇਕ ਦੇ ਤੌਰ 'ਤੇ ਸਮਝਦੀ ਹੈ, ਕਿਉਂਕਿ ਬਹੁਤ ਸਾਰਾ ਜਿਹੜਾ ਇਸ ਕਿਸਮ ਦਾ ਗੁੰਮਰਾਹਕੁੰਨ ਪ੍ਰਚਾਰ ਸੀ ਉਸ ਦੇ ਬੱਦਲ ਛੱਟ ਚੁੱਕੇ ਨੇ। ਸੋ ਕੁੱਲ ਮਿਲਾ ਕੇ ਇਸ ਲਿਹਾਜ਼ ਨਾਲ ਇਹ ਬੜਾ ਯੂਜ਼ਫੁੱਲ ਵੀਕਐਂਡ ਸੀ ਔਰ ਸਿੱਖ ਸੰਗਤਾਂ ਨਾਲ 1-on-1 ਗੱਲਬਾਤ ਦਾ ਮੌਕਾ ਵੀ ਬਣਿਆ ਜੀ। ਜੀ ਡਾਕਟਰ ਸਾਹਿਬ, ਅਹਿਮ ਮੁੱਦਾ ਅੱਜ ਅਸੀਂ ਦੋ ਜਿਹੜੇ ਇਸ਼ੂ ਨੇ ਉਹਨਾਂ ਦੇ ਉੱਤੇ ਗੱਲ ਕਰਾਂਗੇ। ਇੱਕ ਇੰਟਰਨੈਸ਼ਨਲ ਹੈ ਔਰ ਦੂਸਰਾ ਪੰਜਾਬ ਨਾਲ ਸੰਬੰਧਿਤ ਹੈ। ਪਹਿਲਾਂ ਇੰਟਰਨੈਸ਼ਨਲ ਦੀ ਗੱਲ ਕਰਦੇ ਹਾਂ। ਮੀਡੀਆ ਰਿਪੋਰਟਸ ਇਹ ਨੇ ਕਿ ਯੂਨਾਈਟਿਡ ਸਟੇਟਸ ਹਾਊਸ ਆਫ ਰਿਪ੍ਰਜੈਂਟੇਟਿਵ, ਜਿਹਨੂੰ ਅਕਸਰ ਕਾਂਗਰਸ ਕਿਹਾ ਜਾਂਦਾ ਹੈ, ਹਾਲਾਂਕਿ ਸੈਨੇਟ ਔਰ ਹਾਊਸ ਦੋਨਾਂ ਨੂੰ ਮਿਲਾ ਕੇ ਵੀ ਕਾਂਗਰਸ ਕਹਿੰਦੇ ਨੇ ਜੀ, ਉਹਨਾਂ 'ਚ ਜਿਹੜੇ ਫੋਰਨ ਅਫੇਅਰਸ ਕਮੇਟੀ ਦੇ ਚੇਅਰਮੈਨ ਨੇ ਹਾਊਸ ਦੇ ਵਿੱਚ, ਉਹਨਾਂ ਦਾ ਨਾਂ ਹੈ ਮਿਸਟਰ ਕੈਲੀਫੋਰਨੀਆ ਤੋਂ ਰਿਪਬਲਿਕਨ ਨੇ ਮਿਸਟਰ ਐਡ ਰੋਇਸੀ, ਉਹਨਾਂ ਨੇ ਚਿੱਠੀ ਲਿਖੀ ਹੈ ਸਪੀਕਰ ਨੂੰ, ਹਾਊਸ ਦੇ ਸਪੀਕਰ ਨੂੰ ਜੌਨ ਬੋਇਨਰ ਨੂੰ ਜੀ, ਕਿ ਜਦੋਂ ਸਤੰਬਰ ਦੇ ਅਖੀਰ ਵਿੱਚ ਨਰਿੰਦਰ ਮੋਦੀ ਨੇ ਅਮਰੀਕਾ ਦੇ ਦੌਰੇ 'ਤੇ ਆਉਣਾ ਔਰ ਪ੍ਰੈਜ਼ੀਡੈਂਟ ਓਬਾਮਾ ਨੂੰ ਮਿਲਣਾ, ਉਦੋਂ ਉਹਨਾਂ ਨੇ ਕਿਹਾ ਸਪੀਕਰ ਨੂੰ ਕਿ ਤੁਸੀਂ ਜੁਆਇੰਟ ਸੈਸ਼ਨ ਕਾਂਗਰਸ ਔਰ ਸੈਨੇਟ ਦਾ ਉਸ ਦਾ ਪ੍ਰਬੰਧ ਕਰੋ ਜਿਸ ਨੂੰ ਕਿ ਨਰਿੰਦਰ ਮੋਦੀ ਐਡਰੈਸ ਕਰ ਸਕਣ। ਸੋ ਇਹ ਬੜਾ ਵੱਡਾ ਓਨਰ ਹੁੰਦਾ ਜਦੋਂ ਕਾਂਗਰਸ ਕਿਸੇ ਨੂੰ ਜੁਆਇੰਟ ਸੈਸ਼ਨ ਐਡਰੈਸ ਕਰਨ ਨੂੰ ਕਹਿੰਦੀ ਹੈ। ਹਾਲਾਂਕਿ ਕੋਈ ਨਵੀਂ ਗੱਲ ਨਹੀਂ ਹੈ, 1800ਵਿਆਂ ਦੇ ਸ਼ੁਰੂ ਦੇ ਵਿੱਚ ਇਹ ਪਰੰਪਰਾ ਇਹਨਾਂ ਨੇ ਸ਼ੁਰੂ ਕੀਤੀ ਔਰ ਇਹਦਾ ਮਕਸਦ ਹੀ ਇਹ ਸੀ ਕਿ ਜਿਸ ਦੇਸ਼ ਤੋਂ ਕੋਈ ਆ ਰਿਹਾ ਹੈ ਉਹਨੂੰ ਖਾਸ ਓਨਰ ਦੇਣ ਦੇ ਲਈ ਕਿ ਉਹ ਜੁਆਇੰਟ ਹਾਊਸ ਨੂੰ ਔਰ ਸੈਨੇਟ ਦੇ ਸੈਸ਼ਨ ਨੂੰ ਐਡਰੈਸ ਕਰਨ। ਅਜੇ 1 ਸਾਲ ਪਹਿਲਾਂ ਹੀ ਲਗਭਗ ਮਈ ਦੇ ਵਿੱਚ, ਮਈ 8 ਨੂੰ 2013 ਨੂੰ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਵੀ ਜੁਆਇੰਟ ਹਾਊਸ ਨੂੰ ਜਿਹੜਾ ਉਹ ਐਡਰੈਸ ਕੀਤਾ ਸੀ। ਹਾਲਾਂਕਿ ਇਹ ਮਾਣ ਨੈਲਸਨ ਮੰਡੈਲਾ ਨੂੰ ਔਰ ਇਸ ਤੋਂ ਇਲਾਵਾ ਦਲਾਈ ਲਾਮਾ, ਹਾਲਾਂਕਿ ਉਹਦੀ ਕੋਈ ਸਟੇਟ ਨਹੀਂ ਹੈ, ਉਹਨੇ ਵੀ ਦੋਨਾਂ ਨੂੰ ਐਡਰੈਸ ਕੀਤਾ ਹੋਇਆ।
ਪਰ ਇਹ ਖਬਰ ਇਸ ਲਈ ਅਹਿਮੀਅਤ ਰੱਖਦੀ ਹੈ ਕਿ ਇਹ ਹੀ ਅਮਰੀਕਾ ਦੇਸ਼ ਹੈ ਜਿਹਨੇ 1998 ਦੇ ਵਿੱਚ ਇਹ ਲਾਅ ਬਣਾਇਆ ਸੀ, ਜਿਸ ਲਾਅ ਦੇ ਸ਼ਬਦ ਨੇ ਕਿ ਬੈਨਿੰਗ ਐਂਟਰੀ ਆਫ ਫੋਰਨਰਸ ਹੂ ਹੈਵ ਕਮਿਟਿਡ ਸਵੀਅਰ ਵਾਇਓਲੇਸ਼ਨਸ ਆਫ ਰਿਲੀਜੀਅਸ ਫਰੀਡਮ। ਇਹ ਉਸ ਕਾਨੂੰਨ ਦੇ ਐਗਜੈਕਟ ਸ਼ਬਦ ਨੇ ਕਿ ਉਹ ਲੋਕ ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀਆਂ ਉਲੰਘਣਾਵਾਂ ਕੀਤੀਆਂ ਨੇ ਜੀ, ਉਹਨਾਂ ਨੂੰ ਇਸ ਆਧਾਰ ਦੇ ਉੱਤੇ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਣੀ ਚਾਹੀਦੀ। ਉਹ ਲਾਈ ਜਾਂਦੀ ਹੈ, 1998 ਦਾ ਇਹ ਲਾਅ ਹੈ ਜੀ ਜੀ। ਹੁਣ 1998 ਦੇ ਲਾਅ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 2002 ਦੇ ਵਿੱਚ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਜੀ। ਉਸ ਦਾ ਅੱਜ ਉਸ ਗੱਲ ਨੂੰ ਲਗਭਗ 12 ਸਾਲ ਬੀਤ ਚੁੱਕੇ ਨੇ। ਬੇਸ਼ੱਕ ਭਾਰਤੀ ਸੁਪਰੀਮ ਕੋਰਟ ਤੋਂ ਵੀ ਉਹਨੇ ਕਲੀਅਰੈਂਸ ਲੈ ਲਈ, ਗੁਜਰਾਤ ਦੀਆਂ ਕੋਰਟਸ ਦੇ ਵਿੱਚ ਤਾਂ ਐਵੀਡੈਂਸ ਛੱਡਿਆ ਨਹੀਂ, ਲੇਕਿਨ ਇਹਦੇ ਬਾਵਜੂਦ ਅਮਰੀਕਾ ਦੇ ਵਿੱਚ 2005 ਦੇ ਵਿੱਚ, ਜਿਹਦੇ 'ਚ ਕਿ ਕਾਫੀ ਵੱਡਾ ਰੋਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦਾ ਸੀ, USRF ਦਾ, ਔਰ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਜਿਹਦੇ ਨਾਲ ਅਸੀਂ ਵੀ ਜਿਹੜਾ ਕੋਆਰਡੀਨੇਟ ਕੀਤਾ ਅਮਰੀਕਾ 'ਚ ਈਸਾਈ ਜਥੇਬੰਦੀਆਂ, ਮੁਸਲਮਾਨ ਜਥੇਬੰਦੀਆਂ, ਈਵਨ ਜਿਹੜੇ ਆਜ਼ਾਦੀ ਪਸੰਦ ਔਰ ਸੱਚਮੁੱਚ ਟਰੂਲੀ ਸੈਕੂਲਰ ਕੁਛ ਇੰਡੀਅਨਸ ਵੀ ਸੀ, ਉਹਨਾਂ ਦੀਆਂ ਔਰਗਨਾਈਜੇਸ਼ਨਸ ਨੇ ਵੀ ਇਹ ਸਟੇਟ ਡਿਪਾਰਟਮੈਂਟ ਦੇ ਉੱਤੇ ਦਬਾਅ ਬਣਾਇਆ ਕਿ ਵੀ ਇਹ ਜਿਹੜਾ ਮੋਦੀ ਹੈ ਇਸ ਇਹ ਕਾਤਲ ਹੈ ਔਰ ਇਸ ਦੀ ਅਮਰੀਕਾ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਸੋ 2005 ਦੇ ਵਿੱਚ ਮੋਦੀ ਨੇ ਜਦੋਂ ਅਮਰੀਕਾ ਆਉਣਾ ਚਾਹਿਆ, ਵੀਜ਼ੇ ਲਈ ਅਪਲਾਈ ਕੀਤਾ, ਸੋ ਸਟੇਟ ਡਿਪਾਰਟਮੈਂਟ ਨੇ ਉਸ 2002 'ਚ ਉਹਦੇ ਰੋਲ ਨੂੰ ਸਾਹਮਣੇ ਰੱਖਦਿਆਂ ਉਹਨੂੰ ਵੀਜ਼ਾ ਨਹੀਂ ਦਿੱਤਾ। ਔਰ ਇਹ ਪੋਜੀਸ਼ਨ ਅਮਰੀਕਾ ਦੀ ਪਿਛਲੇ 9 ਸਾਲ ਤੋਂ ਲਗਾਤਾਰ ਰਹੀ ਹੈ, 2005 ਤੋਂ 2014 ਤੱਕ ਜੀ। ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ, ਜਦੋਂ ਅਸੀਂ ਕਹਿੰਦੇ ਹਾਂ ਕਿ ਲੋਕਾਂ ਦਾ ਖੂਨ, ਬਿਨਾਂ ਬੇਗੁਨਾਹ ਦਾ ਖੂਨ, ਜਦੋਂ ਉਸ ਦੇ ਉੱਤੇ ਇਖਲਾਕ ਨਾਲ ਕੋਈ ਫੈਸਲਾ ਲੈਣ ਦੀ ਥਾਂ ਤਜਾਰਤ ਹੈਵੀ ਹੋ ਜਾਏ, ਅਸੀਂ ਡੁੱਲੇ ਖੂਨ ਦਾ ਵੀ ਵਪਾਰ ਕਰਨਾ ਸ਼ੁਰੂ ਕਰੀਏ, ਤਾਂ ਫਿਰ ਇਹੋ ਜਿਹੇ ਫੈਸਲੇ ਨਿਕਲਦੇ ਨੇ ਕਿ ਮੋਦੀ ਜਿੱਤਿਆ, ਓਬਾਮਾ ਨੇ ਕਾਲ ਕਰਕੇ ਉਹਨੂੰ ਫੌਰਨ ਵਧਾਈ ਦਿੱਤੀ, ਨਾਲ ਹੀ ਕਿਹਾ ਜੀ ਤੁਸੀਂ ਆਓ, ਅਸੀਂ ਤਾਂ ਤੁਹਾਡੀ ਜਿਹੜੀ ਹੈ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਤੁਹਾਡੀ ਵਿਜ਼ਿਟ ਦਾ। ਔਲਰੇਡੀ ਅਜੇ ਮਹੀਨੇ 2-3 ਹੀ ਹੋਏ ਵਿਚਾਲੇ ਨੇ, ਔਰ ਇਹ ਹੋ ਗਿਆ ਉਹਨਾਂ ਦੇ ਨੁਮਾਇੰਦੇ, ਉਹਨਾਂ ਦਾ ਫਸਟ ਸੈਕਟਰੀ ਆ ਗਿਆ, ਇੱਥੇ ਗੱਲਬਾਤ ਸ਼ੁਰੂ ਹੋ ਗਈ, ਵਾਈਟ ਹਾਊਸ ਆਏਗਾ, ਕਿੱਦਣ ਆਏਗਾ, ਕਾਰਪੇਟ ਕਿੱਧਰ ਦੀ ਵਿਛਾਉਣਾ ਹੈ, ਕਿੱਧਰ ਦੀ ਵਾੜਨਾ ਹੈ, ਕਿੱਧਰ ਦੀ ਕੱਢਣਾ ਹੈ। ਚਲੋ ਇਹ ਪ੍ਰੈਜ਼ੀਡੈਂਟ ਲੈਵਲ 'ਤੇ ਕਈ ਵਾਰੀ ਕੋਈ ਡਿਸੀਜਨ ਪ੍ਰੈਜ਼ੀਡੈਂਟ ਦਾ ਜਾਂ ਉਹਦੀ ਲੌਬੀ ਲੈਂਦੀ ਹੈ, ਪਰ ਕਾਂਗਰਸ ਜਿਹੜੀ ਹੈ ਉਹ ਲਾਅ ਮੇਕਰ ਨੇ ਕਈ ਮਾਮਲਿਆਂ 'ਚ। ਹੁਣ ਤਾਂ ਖੈਰ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਨੇ ਉਸ ਨੂੰ ਅਨਡੂ ਕਰ ਦਿੱਤਾ। ਈਵਨ ਪ੍ਰੈਜ਼ੀਡੈਂਟ ਦੀ ਵੀਟੋ, ਹਾਲਾਂ ਅਮਰੀਕਨ ਸੰਵਿਧਾਨ ਦੇ ਵਿੱਚ ਪ੍ਰੈਜ਼ੀਡੈਂਟ ਬਹੁਤ ਪਾਵਰਫੁੱਲ ਹੈ, ਉਹਦੇ ਕੋਲ ਵੀਟੋ ਪਾਵਰ ਹੈ, ਪਰ ਇਸ ਕਿਸਮ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਕਿ ਈਵਨ ਪ੍ਰੈਜ਼ੀਡੈਂਟ ਦੀ ਵੀਟੋ ਨੂੰ ਵੀ ਓਵਰਰਾਈਡ ਕੀਤਾ ਕਾਂਗਰਸ ਨੇ। ਸੋ ਪ੍ਰੈਜ਼ੀਡੈਂਸ਼ੀਅਲ ਡਿਸੀਜਨਸ ਗਲਤ ਹੁੰਦੇ ਨੇ ਕਈ ਵਾਰ, ਉਹ ਓਵਰਰਾਈਡ ਵੀ ਕਰਦੇ ਨੇ ਕਾਂਗਰਸ ਦੇ ਡਿਸੀਜਨਸ ਨੂੰ, ਪਰ ਜਦੋਂ ਇਸ ਕਿਸਮ ਦਾ ਫੈਸਲਾ ਕਾਂਗਰਸ ਕਰਦੀ ਹੈ, ਔਰ ਜਿਸ ਨੇ ਲੈਟਰ ਲਿਖਿਆ ਮਿਸਟਰ ਐਡ ਰੋਇਸ ਨੇ, ਕੋਈ ਮਾੜਾ ਮੋਟਾ ਕਾਂਗਰਸਮੈਨ ਨਹੀਂ ਹੈ, ਕਿਉਂਕਿ ਦੋਨਾਂ ਹੀ ਹਾਊਸਿਸ ਦੀ ਔਰ ਸੈਨੇਟ ਦੀ ਬਾਹਰਲੇ ਮਾਮਲਿਆਂ ਨਾਲ ਡੀਲ ਕਰਨ ਦੀਆਂ ਕਮੇਟੀਜ਼ ਹੁੰਦੀਆਂ ਨੇ, ਉਹਨੂੰ ਫੋਰਨ ਰਿਲੇਸ਼ਨਸ ਕਮੇਟੀ ਕਹਿੰਦੇ ਨੇ। ਸੋ ਇਹ ਜਿਹੜੀ ਹਾਊਸ ਦੀ ਫੋਰਨ ਰਿਲੇਸ਼ਨਸ ਕਮੇਟੀ ਆ, ਉਹਦਾ ਚੇਅਰਮੈਨ ਹੈ, ਔਰ ਇਸ ਵੇਲੇ ਹਾਊਸ ਦੇ ਵਿੱਚ ਰਿਪਬਲਿਕਨ ਮੈਜੋਰਿਟੀ 'ਚ ਨੇ, ਸੋ ਸਪੀਕਰ ਵੀ ਜਿਹੜਾ ਉਹ ਉਹਨਾਂ ਦਾ ਰਿਪਬਲਿਕਨਸ ਦਾ। ਸੋ ਜ਼ਾਹਰ ਹੈ ਹੁਣ ਪ੍ਰੈਜ਼ੀਡੈਂਟ ਓਬਾਮਾ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਹੈ, ਸੋ ਇੱਕ ਪਾਸੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਜਿਹੜਾ ਉਹ ਪੱਬਾਂ ਪਾਰ ਹੋਇਆ ਕਿ ਉਹਨੂੰ ਸੱਦਣਾ, ਵੈਲਕਮ ਕਰਨਾ, ਦੂਜੇ ਪਾਸੇ ਰਿਪਬਲਿਕਨ ਮੈਜੋਰਿਟੀ ਕਾਂਗਰਸ ਜਿਹੜੀ ਹੈ ਉਹ ਉਹਨਾਂ ਤੋਂ ਵੀ ਅੱਗੇ ਹੋਈ ਹੋਈ ਹੈ ਕਿ ਵੀ ਉਹਨੂੰ ਅਸੀਂ ਓਨਰ ਕਰੀਏ ਜਿਹੜਾ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦਾ। ਹਾਲੀ ਇਹ ਨਹੀਂ ਆਇਆ ਵੀ ਸਪੀਕਰ ਨੇ ਮੰਨ ਲਿਆ, ਪਰ ਜਿਸ ਲੈਵਲ 'ਤੇ ਇਹ ਰਿਕੁਐਸਟ ਹੋਈ ਹੈ, ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਉਹ ਉਹਨੂੰ ਇਨਵਾਈਟ ਕਰਨਗੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦੇ ਲਈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਮੈਸੇਜ ਕੀ ਜਾ ਰਿਹਾ ਕਿ ਵੀ ਤੁਸੀਂ ਜਿੰਨੇ ਮਰਜ਼ੀ ਵੱਡੇ ਕਾਤਲ ਹੋ, ਹਜ਼ਾਰਾਂ ਦਾ ਖੂਨ ਡੋਲੋ, ਪਰ ਜੇ ਤੁਸੀਂ ਸ਼ੈਮ ਡੈਮੋਕ੍ਰੇਸੀ ਦੇ ਨਾਂ ਥੱਲੇ, ਵੋਟਿੰਗ ਸਿਸਟਮ ਥੱਲੇ, ਮਲਟੀਨੈਸ਼ਨਲ ਦਾ ਪੈਸਾ ਜਿਹਦੇ ਜਜ਼ਾਰ ਹੈ, ਇੰਡੀਅਨ ਕਾਰਪੋਰੇਟ ਇੰਡੀਆ ਨੇ ਤਾਂ ਕੀਤਾ ਹੀ ਹੈ ਰੋਲ, ਅਮਰੀਕਨ ਕੰਪਨੀਆਂ, ਇਹਨਾਂ ਨੂੰ ਵੀ ਲੱਗਦਾ ਕਿ ਮੋਦੀ ਜਿਹੜਾ ਹੁਣ ਉਹ ਦਵਾ ਦਾ ਫੈਸਲੇ ਲਏਗਾ, ਔਰ ਇਹਨਾਂ ਦੇ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਜਿੱਥੋਂ ਜਾ ਕੇ ਇਹਨਾਂ ਨੇ ਲੁੱਟਮਾਰ ਕਰਨੀ ਹੈ, ਉਹ ਰਸਤਾ ਖੁੱਲ੍ਹੇਗਾ। ਜਦੋਂ ਹੁਣ ਕਹਿੰਦੇ ਨੇ ਜੀ ਮੋਦੀ ਇਜ਼ ਬਿਜ਼ਨਸ ਫਰੈਂਡਲੀ, ਹੁਣ ਬਿਜ਼ਨਸ ਫਰੈਂਡਲੀ ਕੀ ਹੈ,
ਵੀ ਸਾਰੇ ਕਾਨੂੰਨ ਤਾਕ 'ਤੇ ਰੱਖੋ, ਭਾਵੇਂ ਇਨਵਾਇਰਨਮੈਂਟ ਨਾਲ ਸੰਬੰਧਿਤ ਨੇ, ਭਾਵੇਂ ਕੋਈ ਹੋਰ ਨੇ। ਗਰੀਬ ਜੇ ਉਜਾੜਨੇ ਪੈਂਦੇ ਨੇ ਉਜਾੜ ਦਿਓ, ਜਿਵੇਂ ਨਰਮਦਾ ਡੈਮ ਦੇ ਮਾਮਲੇ 'ਚ ਉਹਨੇ ਪਹਿਲੇ 48 ਘੰਟੇ 'ਚ ਫੈਸਲਾ ਕਰਤਾ ਵੀ ਚੱਕ ਦਿਓ 17 ਫੁੱਟ ਹੋਰ। ਹੁਣ ਲੱਖਾਂ ਲੋਕ ਜਿਹੜੇ ਨੇ ਉਹ ਬੇਘਰ ਪਹਿਲਾਂ ਹੋਏ ਹੋਏ ਨੇ, ਹੋਰ ਬੇਘਰ ਹੋਣਗੇ। ਸੋ ਇਸੇ ਤਰ੍ਹਾਂ ਅਮਰੀਕਨ ਇਹ ਜਿਹੜਾ ਸਾਰਾ ਕੰਮ ਹੈ, ਇਹਨਾਂ ਦੇ ਪਿੱਛੇ ਵੀ ਉਹ ਵਪਾਰੀ ਲੋਬੀ ਹੈ, ਅਮੈਰੀਕਨ ਕਾਰਪੋਰੇਟ ਲੋਬੀ ਹੈ, ਜਿਹਨਾਂ ਨੇ ਕਾਂਗਰਸਮੈਨ ਵੀ ਖਰੀਦੇ ਹੋਏ ਨੇ ਜਾਂ ਜਿਹਨਾਂ ਨੂੰ ਉਹ ਫਾਈਨੈਂਸ ਕਰਦੇ ਨੇ। ਔਰ ਜਿਵੇਂ ਉਹਦਾ ਉੱਥੇ ਫਾਈਨੈਂਸ ਕੀਤਾ ਉਹਨਾਂ ਨੇ ਮੋਦੀ ਦੀ ਸਾਰੀ ਕੈਂਪੇਨ ਨੂੰ। ਪਰ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਦੁਨੀਆਂ ਦੇ ਵਿੱਚ ਜਿਹੜੇ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਜਿਹੜੇ ਬੇਗੁਨਾਹ ਦਾ ਜਿਹੜਾ ਉਹ ਕੋਈ ਵੀ ਡੁੱਲਿਆ ਖੂਨ ਉਸ ਦੇ ਲਈ ਜਿਹੜਾ ਜ਼ਿੰਮੇਵਾਰ ਹੈ ਉਸ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਨੇ, ਅਤੇ ਦੁਨੀਆ ਦੀ ਸਭ ਤੋਂ ਵੱਡੀ ਗ੍ਰੇਟੈਸਟ ਆਪਣੇ ਆਪ ਨੂੰ ਜਿਹੜੀ ਡੈਮੋਕ੍ਰੇਸੀ ਕਹਿੰਦੇ ਨੇ, ਔਰ ਜਿਹਨੂੰ ਇੱਕ ਬੀਕਨ ਆਫ ਹੋਪ ਇਨਸਾਨੀਅਤ ਦੀ ਸਮਝਿਆ ਜਾਂਦਾ, ਇੱਕ ਅਮੈਰੀਕਨ ਡਰੀਮ ਜਿਹੜਾ ਉਹ ਇੱਥੋਂ ਆਉਣ ਵਾਲੇ ਵੀ ਪਰਸਿਊ ਕਰਦੇ ਨੇ, ਇਹ ਕੀ ਮੈਸੇਜ ਦੇ ਰਹੇ ਕਿ ਵੀ ਇਹ ਇਵੇਂ ਹੀ ਹੈ ਜਿਵੇਂ ਕਿ ਹਿਟਲਰ ਨੂੰ ਜਿਹੜਾ ਉਹ ਸੱਦ ਕੇ ਕਿਹਾ ਜਾਏ, ਠੀਕ ਹੈ ਵੀ ਉਹ ਹਿਟਲਰ ਜਰਮਨਾਂ ਦੇ ਯਹੂਦੀਆਂ ਦਾ ਸੀ, ਇਹ ਉੱਥੋਂ ਦੇ ਮੁਸਲਮਾਨਾਂ ਸਿੱਖਾਂ ਘੱਟ ਗਿਣਤੀਆਂ ਨੂੰ ਮਾਰ ਕੇ ਪਾਵਰ 'ਚ ਆਇਆ ਹਿਟਲਰ। ਸੋ ਇਹ ਇੱਕ ਮੈਂ ਸਮਝਦਾ ਵੀ ਦੁਖਦਾਈ ਗੱਲ ਹੈ, ਔਰ ਇਹਦੇ 'ਚ ਦੋਨੋਂ ਹੀ ਧਿਰਾਂ ਦਾ ਪਾਰਟੀਆਂ ਦਾ ਇਹਦੇ 'ਚ ਜਿਹੜਾ ਰੋਲ, ਇਹ ਇੱਕ ਬੜਾ ਸ਼ਰਮਨਾਕ ਕਾਰ ਹੈ। ਦੂਸਰੀ ਖਬਰ ਜਿਸ ਦਾ ਸੰਬੰਧ ਇੱਕ ਲੈਟਰ ਜਿਹੜਾ ਲੈਟਰ ਕਿ ਰਾਜਸਥਾਨ ਦੀ ਗਵਰਨਰ ਮਾਰਗਰੇਟ ਐਲਵਾ ਨੇ ਸੈਂਟਰ ਗੌਰਮੈਂਟ ਨੂੰ ਲਿਖਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਪੰਜਾਬ ਤੋਂ ਨਹਿਰੀ ਪਾਣੀ ਰਾਜਸਥਾਨ ਦੇ ਵਿੱਚ ਆ ਰਿਹਾ ਹੈ ਇਹ ਬੜਾ ਕੰਟੈਮੀਨੇਟਿਡ ਹੈ, ਬੜਾ ਗੰਦਾ ਹੈ, ਇਹਦੇ 'ਚ ਕੈਮੀਕਲ ਨੇ, ਔਰ ਸਾਡੇ 6 ਜ਼ਿਲ੍ਹਿਆਂ ਦੇ ਲੋਕ ਜਿਹੜੇ ਨੇ ਉਹ ਬਿਮਾਰ ਹੋ ਰਹੇ ਨੇ, ਜਿਹਦੇ 'ਚ ਗੰਗਾਨਗਰ ਔਰ ਹਨੂੰਮਾਨਗੜ੍ਹ ਵੀ ਸ਼ਾਮਿਲ ਹੈ। ਔਰ ਉਹਨਾਂ ਨੇ ਕਿਹਾ ਸੈਂਟਰ ਨੂੰ ਕਿ ਜੀ ਇਸ ਬਾਰੇ ਤੁਸੀਂ ਪੰਜਾਬ ਸਰਕਾਰ ਨੂੰ ਕਹੋ ਵੀ ਇਹ ਪਾਣੀ ਨੂੰ ਸਾਫ਼ ਕਰਨ। ਔਰ ਉਹਦੇ 'ਚ ਨਾਲ ਇੱਕ ਲਾਈਨ ਇਹ ਵੀ ਜੋੜੀ ਹੈ ਕਿ ਆਲਰੇਡੀ ਜਿਹੜਾ ਪੰਜਾਬ ਦੇ ਮਾਲਵਾ ਇਲਾਕੇ ਦੇ ਲੋਕ ਜਿਹੜੇ ਨੇ ਉਹ ਕੈਂਸਰ ਨਾਲ ਪੀੜਿਤ ਨੇ, ਔਰ ਇਹ ਬਿਮਾਰੀਆਂ ਜਿਹੜੀਆਂ ਨੇ ਕੰਟੈਮੀਨੇਟਿਡ ਵਾਟਰ ਇਸ ਲਈ ਹੈ ਕਿ ਬਹੁਤ ਸਾਰੀਆਂ ਉਸ ਖਿੱਤੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਨਿਕਾਸ ਹੈ ਜਿਹਦੇ 'ਚ ਵੀ ਕੁਛ ਬਣਦਾ ਫੈਕਟਰੀ ਤੋਂ ਕੈਮੀਕਲ ਉਹਦੇ 'ਚ ਪਾਣੀ ਦੇ ਵਿੱਚ ਸੁੱਟਦੇ ਨੇ, ਔਰ ਉਹ ਪਾਣੀ ਜਿਹੜਾ ਸਾਨੂੰ ਸਾਡੀਆਂ ਫਸਲਾਂ ਨੂੰ ਵੀ ਬਿਮਾਰ ਕਰ ਰਿਹਾ ਔਰ ਸਾਡੇ ਲੋਕਾਂ ਨੂੰ ਵੀ ਬਿਮਾਰ ਕਰ ਰਿਹਾ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਟਰਮ ਯੂਜ਼ ਕੀਤੀ ਹੈ ਅਨਚੈੱਕਡ ਸਪਲਾਈ ਆਫ ਕੰਟੈਮੀਨੇਟਿਡ ਵਾਟਰ, ਅਨਚੈੱਕਡ ਉਹਨਾਂ ਨੇ ਕਿਹਾ ਜੀ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਕਿਹਾ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਵੀ ਪਾਈ ਹੈ, ਔਰ ਅਸੀਂ ਇੱਕ ਜਲ ਜਨ ਜਾਗਰਤੀ ਯਾਤਰਾ ਵੀ ਕੀਤੀ ਹੈ, ਲੋਕਾਂ ਨੂੰ ਅਵੇਅਰ ਕੀਤਾ ਕਿ ਜੀ ਕੀ ਹੋ ਰਿਹਾ, ਔਰ ਗਵਰਨਰ ਨੇ ਸੈਂਟਰ ਨੂੰ ਕਿਹਾ ਜੀ ਤੁਸੀਂ ਇੰਟਰਵੀਨ ਕਰੋ। ਹੁਣ ਇਹ ਉਵੇਂ ਹੀ ਹੈ ਐਗਜੈਕਟਲੀ ਕਿ ਜਿਵੇਂ 10-12 ਸਾਲ ਦੇ ਪੀਰੀਅਡ 'ਚ 84 ਤੋਂ 94-95 ਤੱਕ ਹਜ਼ਾਰਾਂ ਨੌਜਵਾਨ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਕੀਤਾ, ਜਿਹੜੀ ਫੌਜ ਸੁਰੱਖਿਆ ਦਸਤੇ ਲਿਆਂਦੇ ਗਏ ਪੰਜਾਬ 'ਚ ਮਾਰਨ ਦੇ ਲਈ, ਪਹਿਲਾਂ ਉਹਨਾਂ ਉਸ ਜਵਾਨੀ ਨੂੰ ਮਾਰਿਆ, ਔਰ ਹੁਣ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਕਈ ਹਜ਼ਾਰ ਕਰੋੜ ਹਰ ਸਾਲ ਜਿਹੜਾ ਉਹ ਸੈਂਟਰ ਨੂੰ ਅਦਾ ਕਰਦੀ ਹੈ ਜੀ, ਜਿਹੜਾ ਕਰਜ਼ਾ ਚੜ੍ਹ ਗਿਆ ਹੈ ਕਿ ਮਤਲਬ ਇਹ ਹੈ ਕਿ ਬੁਲਟ ਦੇ ਨਾਲ ਅਸੀਂ ਤੁਹਾਡਾ ਜਿਹੜਾ ਮੁੰਡਾ ਮਾਰਿਆ ਜਿਸ ਗੋਲੀ ਦੇ ਨਾਲ ਉਸ ਬੁਲਟ ਦੇ ਵੀ ਪੈਸੇ ਦਿਓ ਸਾਨੂੰ, ਔਰ ਉਹ ਦੇ ਰਿਹਾ ਪੰਜਾਬ ਹੁਣ ਤੱਕ ਵੀ। ਔਰ ਜਦੋਂ ਕੋਈ ਆਉਂਦਾ ਫਿਰ ਤਰਲੇ ਕਰਦੇ ਨੇ ਜੀ, ਅਸੀਂ IK ਗੁਜਰਾਲ ਨੂੰ ਕਿਹਾ ਅਸੀਂ ਕਰਜ਼ਾ ਮਾਫ਼ ਕਰੋ, ਉਹਨੇ ਕਰ, ਹੁਣ ਮੋਦੀ ਨੂੰ ਵੀ ਬਾਦਲ ਨੇ ਕਿਹਾ ਜੀ ਸਾਡਾ ਕਰਜ਼ਾ ਮਾਫ਼ ਕਰ ਦਿਓ। ਇਹ ਕਰਜ਼ਾ ਉਹ ਹੈ ਜਿਹੜਾ ਗੋਲੀਆਂ ਦੀ ਕੀਮਤ ਵਸੂਲ ਕਰ ਰਹੇ ਨੇ, ਨਾਲੇ ਤੁਹਾਡੀ ਜਵਾਨੀ ਮਾਰੀ ਹੈ ਅਤੇ ਨਾਲੇ ਤੁਹਾਡਾ ਜਿਹੜਾ ਉਹ ਕਹਿੰਦੇ ਨੇ ਕਿ ਜੀ ਹੁਣ ਇਹ ਅਸੀਂ ਤੁਹਾਡਾ ਮੁੰਡਾ ਮਾਰਿਆ ਪਰ ਇਹਦੀ ਗੋਲੀ ਦੀ ਕੀਮਤ ਤੁਸੀਂ ਅਦਾ ਕਰੋਗੇ। ਹੁਣ ਇਹ ਰਾਜਸਥਾਨ ਪੰਜਾਬ ਦੇ 3 ਦਰਿਆਵਾਂ 'ਚ ਸਤਲੁਜ ਬਿਆਸ ਰਾਵੀ 'ਚ ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਹੁੰਦਾ ਜੀ, ਅੰਦਾਜ਼ਨ ਇਹ ਵਾਧਾ ਘੱਟਦਾ ਰਹਿੰਦਾ ਸੀਜ਼ਨ ਨਾਲ, ਪਰ ਇੰਨਾ ਜੇ ਐਵਰੇਜ ਕੈਲਕੂਲੇਟ ਕੀਤਾ ਹੋਇਆ, ਅਤੇ ਉਹਦੇ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਜਾ ਰਿਹਾ ਮੁਫਤ, ਫਰੀ ਆਫ ਕੋਸਟ, ਬਜਾਏ ਕਿ ਪੰਜਾਬ ਸਰਕਾਰ ਦੇ ਵਿੱਚ ਇੰਨੇ ਗਟਸ ਹੁੰਦੇ ਜਾਂ ਹੋਣ ਕਿ ਉਹ ਸੈਂਟਰ ਨੂੰ ਰਾਜਸਥਾਨ ਨੂੰ ਕਹੇ ਕਿ ਜੀ ਇਹ ਪਾਣੀ ਸਾਡਾ, ਦੁਨੀਆ ਦੇ ਵਿੱਚ ਪਾਣੀ ਵੇਚਿਆ ਜਾਂਦਾ, ਅਮਰੀਕਾ ਦੇ ਵਿੱਚ ਵੀ ਇੱਕ ਕਾਉਂਟੀ 'ਚੋਂ ਪਾਣੀ ਜਦੋਂ ਦੂਸਰੀ ਕਾਉਂਟੀ 'ਚ ਜਾਂਦਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਕਿ ਵੀ ਤੁਸੀਂ ਜਿਹੜਾ ਉਹ ਅਦਾ ਕਰੋ ਸਾਨੂੰ। ਔਰ ਇਹ ਇੰਨਾ ਰੈਵਨਿਊ ਇਹਦੇ 'ਚੋਂ ਅਰਬਾਂ ਡਾਲਰ ਦਾ ਪਿਛਲੇ 1960 ਤੋਂ ਇਹ ਚੱਲ ਰਿਹਾ ਜਿਹੜਾ ਰਾਜਸਥਾਨ ਕੈਨਾਲ ਬਣੀ ਹੋਈ, ਜੇ ਪੰਜਾਬੀ ਸੂਬਾ ਨਹੀਂ ਵੀ ਬਣਿਆ ਸੀ ਕੈਰੋਂ ਦੇ ਜ਼ਮਾਨੇ ਦੇ ਵਿੱਚ 1955-56 ਦੇ ਵਿੱਚ ਇਹ ਐਗਰੀਮੈਂਟ ਇਹਨਾਂ ਨੇ ਕਰ ਲਿਆ ਸੀ।
ਸੋ ਪਿਛਲੇ 54 ਸਾਲਾਂ 'ਚ ਜਿੰਨਾ ਪੈਸਾ ਬਣਦਾ ਇਸ ਦਾ, ਜੇ ਤੁਸੀਂ ਇੰਟਰਨੈਸ਼ਨਲ ਪ੍ਰਾਈਸ ਪਾਣੀ ਦੀ ਰੱਖੋ, ਪੰਜਾਬ ਦੇ ਵਿੱਚ ਸੋਨੇ ਦੀਆਂ ਸੜਕਾਂ ਬਣ ਸਕਦੀਆਂ ਨੇ। ਇੰਨਾ ਜ਼ਿਆਦਾ ਰੈਵਨਿਊ ਸਾਡਾ ਜਿਹੜਾ ਹੈ ਉਹ ਜਾ ਰਿਹਾ, ਵੇਸਟ ਹੋ ਰਿਹਾ, ਔਰ ਕੋਈ ਉਹਦੇ ਲਈ ਨਹੀਂ ਹੈ ਪੇਮੈਂਟ ਦਾ ਪ੍ਰੋਵੀਜ਼ਨ। ਹੁਣ ਬਜਾਏ ਕਿ ਇਹ ਉਹ ਕਹਿੰਦੇ ਜਾਂ ਪ੍ਰੈਸ਼ਰ ਰੱਖ ਕੇ ਉਹ ਲੈਣ, ਤੋ ਜਿਵੇਂ ਕਹਿੰਦੇ ਨੇ ਉਲਟਾ ਚੋਰ ਕੋਤਵਾਲ ਕੋ ਡਾਂਟੇ, ਰਾਜਸਥਾਨ ਕਹਿ ਰਿਹਾ ਜੀ ਇਹ ਜਦੋਂ ਤੁਸੀਂ ਪਾਣੀ ਦੇ ਰਹੇ ਹੋ ਇਹ ਇਹਦੇ 'ਚ ਸਾਨੂੰ ਬਿਮਾਰੀਆਂ ਆ ਰਹੀਆਂ, ਤੁਸੀਂ ਇਹਨੂੰ ਉਹ ਸੈਂਟਰ ਨੂੰ ਕਹਿ ਰਹੇ ਕਿ ਜੀ ਇਹਨੂੰ ਇਹਨੂੰ ਤੁਸੀਂ ਜਿਹੜਾ ਉਹ ਸਫਾਈ ਕਰਵਾਓ ਇਹਨਾਂ ਦੀ, ਕਿ ਵੀ ਤੁਸੀਂ ਆਪਣੇ ਮਰ ਲੈਣ ਦਿਓ, ਤੁਸੀਂ ਤੁਹਾਡੇ ਕੈਂਸਰ ਨਾਲ ਮਰ ਰਹੇ ਨੇ ਪੰਜਾਬ 'ਚ, ਕੋਈ ਗੱਲ ਨਹੀਂ ਹੈ, ਉਹ ਤਾਂ ਤੁਸੀਂ ਤਾਂ ਮਰਨ ਦੇ ਜੋਗੇ ਹੀ ਹੋ, ਮਰਨ ਦੇ ਹੀ ਕਾਬਲ ਹੋ, ਪਰ ਜਿਹੜਾ ਪਾਣੀ ਤੁਸੀਂ ਸਾਨੂੰ ਦੇ ਰਹੇ ਹੋ ਇਹ ਪਾਣੀ ਸਾਨੂੰ ਸਾਫ਼ ਕਰਕੇ ਦਿਓ। ਸੋ ਹੁਣ ਇਹ ਹੋਰ ਗੁਲਾਮੀ ਦੀਆਂ ਕੀ ਅਲਾਮਤਾਂ ਹੁੰਦੀਆਂ ਨੇ, ਵੀ ਜਿਸ ਲੈਵਲ ਤੱਕ ਇਹ ਡੀ ਜਨਰੇਸ਼ਨ ਜਿਹੜੀ ਹੈ ਸਾਡੀ ਲੀਡਰਸ਼ਿਪ ਦੀ ਆਈ ਹੈ, ਅਸੀਂ ਆਪਣੇ ਹੱਕ ਜਿਹੜੇ ਨੇ ਉਹ ਵੈਰੀਆਂ ਦੇ ਹਵਾਲੇ ਕੀਤੇ ਹੋਏ ਨੇ, ਜਵਾਨੀ ਸਾਡੀ ਡਰੱਗਸ ਦੇ ਹਵਾਲੇ ਹੈ, ਔਰ ਉਸ ਸਾਰੇ 'ਚੋਂ ਅੱਜ ਹਾਲਤ ਇਹ ਹੈ ਕਿ ਆਪਣੇ ਮਰਿਆਂ ਮੁੰਡਿਆਂ ਦੀਆਂ ਗੋਲੀਆਂ ਦਾ ਦੀ ਕੀਮਤ ਬੁਲੇਟਸ ਦੀ ਅਸੀਂ ਤਾਰ ਰਹੇ ਹਾਂ, ਅਤੇ ਹੁਣ ਜਿਹੜਾ ਮੁਫਤ ਪਾਣੀ ਦੇ ਰਹੇ ਉਹ ਉਹ ਹਾਂ ਉਹਦੀ ਸਫਾਈ ਦੇ ਜੀ ਆਪਣੇ ਪਹਿਲੇ ਉੱਥੇ ਪਲਾਂਟ ਲਾਓ, ਉਹਨੂੰ ਕੰਟੈਮੀਨੇਸ਼ਨ ਨੂੰ ਕਲੀਨ ਕਰਕੇ ਫਿਰ ਸਾਨੂੰ ਦਿਓ। ਸੋ ਹੁਣ ਜਦੋਂ ਕੋਈ ਕਹਿੰਦਾ ਕਿ ਜੀ ਅਸੀਂ ਉੱਥੇ ਗੁਲਾਮ ਹੈ, ਅਤੇ ਹੋਰ ਗੁਲਾਮੀ ਦੇ ਕੀ ਲੱਛਣ ਹੁੰਦੇ ਨੇ, ਇਹ ਇਹ ਇਸ ਲੈਵਲ ਤੱਕ ਅੱਜ ਸਾਡਾ ਹਾਲ ਹੈ ਜੀ। ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।